ਪੰਪ ਕਰਿੰਦੇ ਨੇ ਬਾਈਕ ਸਵਾਰ ਨੂੰ ਪੈਟਰੋਲ ਦੀ ਮਸ਼ੀਨ ਤੋਂ ਦੂਰ ਖੜਨ ਲਈ ਕਿਹਾ ਤਾਂ ਸਰੀਏ ਨਾਲ ਮਾਰ ਮਾਰ ਕੇ ਕਰਿੰਦੇ ਦੀ ਕੀਤੀ ਕੁੱਟਮਾਰ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ। ਤਾਂ ਦੱਸ ਦਈਏ ਕਿ ਇੱਕ ਪੰਪ ਦੇ ਇਸ ਗੱਲ ਨੂੰ ਲੈ ਕੇ ਬਾਈਕ ਸਵਾਰ ਨੇ ਹਮਲਾ ਕਰ ਦਿੱਤਾ ਕਿ ਪੰਪ ਦੇ ਕਰਿੰਦੇ ਨੇ ਉਸ ਨੂੰ ਬਾਈਕ ਮਸ਼ੀਨ ਤੋਂ ਦੂਰ ਰੱਖਣ ਲਈ ਕਿਹਾ ਸੀ, ਤਾਂ ਇਹ ਉਸ ਨੌਜਵਾਨ ਨੂੰ ਕੁੱਟਣ ਲੱਗ ਜਾਂਦਾ ਹੈ ਤੇ ਫਿਰ ਜਦੋਂ ਦੂਸਰਾ ਪੰਪ ਕਰਿੰਦਾ ਉਸ ਨੂੰ ਛੁਡਵਾਉਣ ਦੇ ਲਈ ਆਉਂਦਾ ਹੈ ਤਾਂ ਉਸਦੇ ਸਰੀਰ ਤੇ ਬਾਈਕ ਸਵਾਰ ਦੇ ਵੱਲੋਂ ਸਰੀਏ ਦੇ ਨਾਲ ਵਾਰ ਕੀਤੇ ਜਾਂਦੇ ਨੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਜਾਂਦਾ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦੇ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਪੈਟਰੋਲ ਪੰਪ ਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਮਾਹੌਲ ਭਖ ਜਾਂਦਾ ਹੈ, ਜਿਸ ਤੋਂ ਬਾਅਦ ਜ਼ਖਮੀ ਸ਼ਖਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ। ਇਸ ਸੰਬੰਧੀ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਬਾਈਕ ਤੇ ਸਵਾਰ ਹੋ ਕੇ ਨੌਜਵਾਨ ਆਏ ਸੀ ਤੇ ਬਾਈਕ ਨੂੰ ਮਸ਼ੀਨ ਤੋਂ ਦੂਰ ਖੜਾਉਣ ਦੇ ਲਈ ਜਦੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਪੰਪ ਦੇ ਕਰਿੰਦੇ ਦੇ ਨਾਲ ਗਾਲੀ ਗਲੋਚ ਕਰਨ ਲੱਗ ਜਾਂਦੇ ਨੇ ਤੇ ਫਿਰ ਫੋਨ ਕਰਕੇ ਆਪਣੇ ਦੋਸਤ ਬੁਲਾਉਂਦੇ ਨੇ, ਜਿਸ ਤੋਂ ਬਾਅਦ ਇਹ ਪੰਪ ਦੇ ਕਰਿੰਦਿਆਂ ਦੇ ਨਾਲ ਕੁੱਟਮਾਰ ਕਰਦੇ ਨੇ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਅਮਰੇਸ਼ ਚੌਧਰੀ ਨਾਮ ਹੈ ਮਾਰਾ। ਹਾਂ, ਹਮਾਰੇ ਬੰਦੇ ਬਾਹਰ ਕਾਮ ਕਰਦਾ ਥਾ, ਉਹ ਆਇਆ ਬਾਈਕ ਸੇ ਉਸਕੇ ਪੈਰ ਪੇ ਚੜਾ ਦਿਆ ਸਿੱਧੇ, ਬਾਈਕ ਪੇ ਚੜਾ ਦਿਆ ਤਾਂ ਹਮਾਰਾ ਬੰਦਾ ਐਸੇ ਕਰਕੇ ਮੋਟਰਸਾਈਕਲ ਸੇ ਉਸਕੋ ਬੋਲਾ ਸਾਈਡ ਕਰ ਲੋ ਭਾਈ, ਥੋੜਾ ਸਾਈਡ ਕਰਕੇ ਰੱਖੋ, ਉਸੀ ਪੇ ਉਹਨੇ ਗਾਲ ਕਰਕੇ ਚਪੇਟ ਮਾਰ ਦਿਆ ਉਸਕੋ, ਚਪੇਟ ਮਾਰਨੇ ਕੇ ਬਾਅਦ ਮੈਂ ਗਿਆ ਦੋਨੋਂ ਕੇ ਛੁਰਾਨੇ ਲਗਾ, ਛੁਰਾ ਕੇ ਮੈਂ ਸਾਈਡ ਕਰ ਦਿਆ, ਤਬ ਤੱਕ ਉਹ ਸਰੀਆ ਜਾ ਕੇ ਚੱਕ ਕੇ ਸਰੀਆ ਆ ਕੇ ਮੇਰੇ ਕੋ ਮਾਰਤਾ, ਜਬਕਿ ਮੈਂ ਛੁਰਾਨੇ ਗਿਆ ਥਾ। ਹਮਾਰੇ ਅੰਦਰ ਸੀਸੀਟੀਵੀ ਕੈਮਰਾ ਲਗਾ, 10 ਕੈਮਰਾ ਲਗਾ ਹੁਆ, ਅਬ ਜਿਸ ਕਮਰੇ ਸੇ ਮਰਜ਼ੀ ਚੈੱਕ ਕਰਾ ਲੀਜੀਏ, ਹਮ ਛੁਰਾਨੇ ਗਏ ਥੇ, ਮੇਰੇ ਕੋ ਸਰੀਆ ਮਾਰਾ, ਬੀਚ ਮੈਂ ਆ ਕੇ ਥੱਪੜ ਮਾਰਤਾ ਉਹਨੇ। ਅੱਛਾ, ਤੋ ਜਿਸਕੇ ਪੈਰ ਪਰ ਬਾਈਕ ਚੜਾਇਆ ਥਾ ਵੋ ਕੌਨ ਹੈ? ਉਹ ਦੁਰਗੇਸ਼ ਹੈ, ਹਮਾਰਾ ਬਾਹਰ ਕਾਮ ਕਰਨੇ ਬੰਦਾ, ਆਪਣਾ ਹੀ ਬੰਦਾ ਹੈ। ਓਕੇ ਓਕੇ, ਵੋ ਜਿਸਨੇ ਬਾਈਕ ਚਲਾਇਆ ਥਾ ਆਪ ਉਸੇ ਜਾਣਤੇ ਹੈ? ਸਰ ਜਾਣਤੇ ਨਹੀਂ, ਕਸਟਮਰ ਹੈ ਸਰ। ਓਕੇ, ਹਮ ਉਤਨੇ ਵੀ ਜਾਣਤੇ। ਤੋ ਉਸਨੇ ਅਕੇਲੇ ਆਪਕੇ ਸਾਥ ਮਾਰਪੀਟ ਕੀ ਜਾਂ ਫਿਰ ਔਰ ਵੀ ਲੋਗ ਲੈ ਕੇ ਆਇਆ? ਔਰ ਵੀ ਬਾਹਰ ਸੇ ਵੀ ਲੈ ਕੇ ਆਇਆ, 10 12 ਬੰਦਾ ਬਾਹਰ ਸੇ ਵੀ ਲੈ ਕੇ, ਫੋਨ ਕਰਕੇ ਮਿੰਟ ਮੇ ਬੁਲਾ ਲਿਆ ਬੰਦਾ। ਅੱਛਾ, ਉਹ ਆਸੀ ਪਰੋਸ ਕੇ ਕਹੀਂ ਪੇ ਥਾ, ਮਿੰਟ ਮੇ ਬੁਲਾ ਲਿਆ ਬੰਦਾ, ਬੰਦਾ ਆ ਕੇ ਸਾਰੇ ਮਾਰਨਾ ਸ਼ੁਰੂ ਕਰ ਦਿਆ। ਕਿਤਨੇ ਲੋਗੋ ਕੋ ਮਾਰਾ? ਉਹ ਦੁਰਗੇਸ਼ ਕੋ ਵੀ ਮਾਰਾ, ਮੇਰੇ ਕੋ ਵੀ ਮਾਰਾ ਸਰ। ਔਰ ਕੋਈ ਪੈਸੇ ਪੂਸੇ ਮਾਰ ਪਿਟਾ ਤੋੜ ਫੋੜ ਕੀ? ਸਰ ਅਭੀ ਤੱਕ ਇਹ ਮੈਂ ਇਧਰ ਆ ਗਿਆ, ਚੌਕੀ ਆ ਗਿਆ ਥਾ, ਉਸੀ ਟਾਈਮ ਮੈਂ ਪੰਪ ਪੇ ਜਾ ਕੇ ਦੇਖਾ ਨਹੀਂ, ਅਭੀ ਫਿਲਹਾਲ ਜਾਊਂਗਾ ਤਬ ਮੇਰੇ ਕੋ ਪਤਾ ਲੱਗਿਆ ਕੁਛ ਤੋੜਾ ਤੇ। ਆਪਕੋ ਥਾਣਾ ਕੌਨ ਸਾ ਲੱਗਤਾ ਹੈ? ਟਾਪ ਹੀ ਲੱਗਤਾ ਹੈ ਸਰ। ਅੱਛਾ, ਇਸ ਰਿਗਾਰਡਿੰਗ ਆਪ ਕੰਪਲੇਂਟ ਕਰੋਗੇ ਪੁਲਿਸ ਕੋ? ਹਾਂਜੀ ਹਾਂਜੀ। ਠੀਕ ਹੈ ਜੀ। ਪੰਪ ਕਰਿੰਦੇ ਨੇ ਬਾਈਕ ਸਵਾਰ ਨੂੰ ਪੈਟਰੋਲ ਦੀ ਮਸ਼ੀਨ ਤੋਂ ਦੂਰ ਖੜਨ ਲਈ ਕਿਹਾ ਤਾਂ ਸਰੀਏ ਨਾਲ ਮਾਰ ਮਾਰ ਕੇ ਕਰਿੰਦੇ ਦੀ ਕੀਤੀ ਕੁੱਟਮਾਰ। ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ। ਤਾਂ ਦੱਸ ਦਈਏ ਕਿ ਇੱਕ ਪੰਪ ਦੇ ਇਸ ਗੱਲ ਨੂੰ ਲੈ ਕੇ ਬਾਈਕ ਸਵਾਰ ਨੇ ਹਮਲਾ ਕਰ ਦਿੱਤਾ ਕਿ ਪੰਪ ਦੇ ਕਰਿੰਦੇ ਨੇ ਉਸ ਨੂੰ ਬਾਈਕ ਮਸ਼ੀਨ ਤੋਂ ਦੂਰ ਰੱਖਣ ਲਈ ਕਿਹਾ ਸੀ, ਤਾਂ ਇਹ ਉਸ ਨੌਜਵਾਨ ਨੂੰ ਕੁੱਟਣ ਲੱਗ ਜਾਂਦਾ ਹੈ ਤੇ ਫਿਰ ਜਦੋਂ ਦੂਸਰਾ ਪੰਪ ਕਰਿੰਦਾ ਉਸ ਨੂੰ ਛੁਡਵਾਉਣ ਦੇ ਲਈ ਆਉਂਦਾ ਹੈ ਤਾਂ ਉਸਦੇ ਸਰੀਰ ਤੇ ਬਾਈਕ ਸਵਾਰ ਦੇ ਵੱਲੋਂ ਸਰੀਏ ਦੇ ਨਾਲ ਵਾਰ ਕੀਤੇ ਜਾਂਦੇ ਨੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਜਾਂਦਾ ਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਪੈਟਰੋਲ ਪੰਪ ਤੇ ਛੋਟੀ ਜਿਹੀ ਗੱਲ ਨੂੰ ਲੈ ਕੇ ਮਾਹੌਲ ਭਖ ਜਾਂਦਾ ਹੈ, ਜਿਸ ਤੋਂ ਬਾਅਦ ਜ਼ਖਮੀ ਸ਼ਖਸ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ। ਇਸ ਸੰਬੰਧੀ ਪੰਪ ਦੇ ਕਰਿੰਦੇ ਨੇ ਦੱਸਿਆ ਕਿ ਬਾਈਕ ਤੇ ਸਵਾਰ ਹੋ ਕੇ ਨੌਜਵਾਨ ਆਏ ਸੀ ਤੇ ਬਾਈਕ ਨੂੰ ਮਸ਼ੀਨ ਤੋਂ ਦੂਰ ਖੜਾਉਣ ਦੇ ਲਈ ਜਦੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਪੰਪ ਦੇ ਕਰਿੰਦੇ ਦੇ ਨਾਲ ਗਾਲੀ ਗਲੋਚ ਕਰਨ ਲੱਗ ਜਾਂਦੇ ਨੇ ਤੇ ਫਿਰ ਫੋਨ ਕਰਕੇ ਆਪਣੇ ਦੋਸਤ ਬੁਲਾਉਂਦੇ ਨੇ, ਜਿਸ ਤੋਂ ਬਾਅਦ ਇਹ ਪੰਪ ਦੇ ਕਰਿੰਦਿਆਂ ਦੇ ਨਾਲ ਕੁੱਟਮਾਰ ਕਰਦੇ ਨੇ, ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਇਆ, ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਹੁਣ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਹਮਲਾਵਰਾਂ ਦੀ ਭਾਲ ਕਰ ਰਹੀ ਹੈ।